लैची उड़ती कोई नहीं सफाई असी की स्प्रे की लैची तो साधु नहीं देखती हूं कोई चार चावा भरा दो तेरा अच्छे आ लिया अच्छा दुध सही है खाने से दुध मैं बिना दुध आवे एक तो सही आवे और किन्ना के संगना आवे निकल गया लगता तो अटका था दुध ओए आशा दा होए ओ बल्ले मुंडा भी आया होगा ओ मरे तेरा बेटा करके ओ तेरा ओए मुर्दा जी जिंदा करना होया अच्छा घर दा दुध है तुहाडा क्यों गप च लत्तां दे नाल आ गए दुकान दुकान बस काम मजे ठंडे चल रहे हैं ये मंदी चल रहे आओ महंगाई बहुत ज्यादा हो गई है बात भी तो क्या होना सी 60 रुपए की चाह कर देनी शक्कर वाली अगे तुसी बड़ी चज दी चाह ले चने क्यों की होया 40 रुपए की चाह 35 दी चाह तो फ्री दंदा बना अच्छे सागा पावे ते सारी दिहाड़ी दा कट्टा भी ते कप च ही हुंदा इत्थे असी आ वे किते कप सोने धोते आ आ जेड़ा कप है ना पता हां 6 महीने हो गए तो धोता सी फिर कहने साडिया दुकाना ते गाहक नहीं आउंदे बंदा पुछे दुकाना ते आओगे ते गाहक आउंगे के गाहक ताडे घरां च आ जाण अपने बुड्ढी ने कहना दुध गरम कर ओ हत्थ फेर लग पई अच्छा गल कर रहे सी तनहा तेरी उम्र छोटी आ बोचो अपने सैर दा रोड़ा लभ तू फराक बहुत दूर आ हजे तनहा किनी ले रहे 1800 रुपया 1800 रुपया तनहा ले तेरी बुड्ढी कहंदी दुध गरम कर साले ते भर के चुल्हे ते भाती ओदी चन चड़े कंजे हुंदी ओ साडा ता काफी दर्जियां दा वा हां दर्जियां दा ते उथे पीको करो किन्नी जगह वा उथे तनहा किनी 1800 रुपया ते कब वा तेरा सिर्फ देनी की चाह बना के हां पुत्त चाह बना के अच्छा मेरी गल सुन हां जिथे चार बंदे बैठे होण आहा उथे भी दे देना खोती जो पैसे जो 50 रुपए देने बाबे नूं चाह दे गई अच्छा अच्छा मैं एक होर गल दस जो तू दिना वा ते तेनूं क्रैत नहीं आती तू ऐदां दीआं गल्लां करदा तेनूं लीकिंग प्रॉब्लम हो जाणी है तू बहुत बचा जे तू बाद च आराम नहीं आना हकीम को वैसे तू शक्लो लगदा नहीं कि तू दिंदा है चा मैं लैण वाला लगदा लेकिन तू दिंदा लगदा मैनूं खोती दा बच्चा ना होवे तां चाहुंदा की है मैं तेरे तो छोटी चाहुंदा साला ना होवे तां शर्म ही नहीं आउंदी गल सुन मेरी हां जी अपने उस्ताद नूं कहना चाहवां ते पैसे भेज दवे जिद्दां ही मेरा उस्ताद आउंदा मैं चाहवां बना के ते भेज दवां बस ठीक है टाइम नाल जा भेज दियो या मेरे आ मालका अज फिर दुध लै आंदा वा कच्चा ही ਆ ਮੁੰਡਿਆ ਓਏ ਓ ਕਿੱਥੇ ਗਏ ਜੇ ਓ ਬੇੜਾ ਗਰਕ ਹੋ ਗਿਆ ਚੌਂਕ ਤੇ ਇਕੱਲੇ ਨੂੰ ਛੱਡ ਦਿੰਦੇ ਮੈਨੂੰ ਭਾਂ ਕੋ ਲੁੱਟ ਕੇ ਲੈ ਜਵੇ ਇਥੋਂ ਮੁੰਡਿਆ ਅਸਲਾਮੁ ਅਲੈਕੁਮ ਜਨਾਬ ਯਾਨੀ ਬਿਸਮਿਲਲਾਹ ਮੈਂ ਸਦਕੇ ਜਾਵਾਂ ਤੇ ਵਾਰੀ ਜਾਵਾਂ ਅੱਲਾ ਮਾਫੀ ਦੇਵੇ ਇੱਥੇ ਹੋਰ ਕਿਸੇ ਇਸ ਮਜ਼ਾਕ ਦੇ ਵਿੱਚ ਓਏ ਆ ਟਾਈਮ ਤੇਰਾ ਹੁੰਦਾ ਓਏ ਆ ਟਾਈਮ ਦਾ ਤੂੰ ਮੇਰੇ ਨਾਲ ਭੈਣ ਨਹੀਂ ਹੋਣੀ भैन नहीं ਬੈਂਕ ਸਾਫਾ ਬੰਦੀ ਓਏ ਆਹੋ ਜਦੋਂ ਖੁਸ਼ੀ ਹੋ ਤਾਂ ਟਾਈਮ ਹੁੰਦਾ ਬੰਦੀ ਨਹੀਂ ਹੋ ਅੱਛਾ ਤੇਰੇ ਵਰਗਾ ਨਾ ਬੰਦਾ ਆਪਣੀ ਬੁੱਧੀ ਦੋਰੀ ਕਰ ਲੈਂਦਾ ਭਾਵੇਂ ਨਾਲ ਬੰਦੇ ਲੈ ਜਾਣੇ ਪੈਣ ਸਿਰਫ ਉਹਨੂੰ ਯਕੀਨ ਦਾਣ ਵਾਸਤੇ ਕਿ ਮੇਰੀ ਬੜੀ ਦੋਸਤ ਨਹੀਂ ਮਾਰਿਆ ਬੱਚੇ ਕੋਤੀ ਦੇ ਬੱਚੇ 4 ਲੱਖ ਤੂੰ ਲਾਇਆ ਪਾਸੇ ਗੁਆਂਢੀ ਤੋਂ ਨਹੀਂ ਜਾਂਦੇ ਉਹਦੇ ਹੈ ਸ਼ਰਮ ਨਹੀਂ ਆਉਂਦੀ ਤੈਨੂੰ ਬਿਲਕੁਲ ਸ਼ਰਮ ਨਹੀਂ ਆਉਂਦੀ ਤੈਨੂੰ ਐਸੇ ਗੱਲਾਂ ਮੈਂ ਆਪਣੀ ਬੁੱਢੀ ਨੂੰ ਤਲਾਕ ਦੇਣੀ ਕਿਉਂ ਉਹ ਸਾਰੀਆਂ ਗੱਲਾਂ ਆ ਕੇ ਆਪਣੇ ਭਰਾ ਨੂੰ ਦੱਸੀ ਪਤਾ ਨਹੀਂ ਕਿਹੜਾ ਉਹ ਸਾਲੀ ਦਾ ਭਰਾ ਵਾ ਜਿਨ੍ਹਾਂ ਤੈਨੂੰ ਦੇ ਦਿੱਤੀ ਹੈ ਉਹ ਤੇਰੀਆਂ ਮੁੱਛਾਂ ਵਾ ਇਹ ਤੇਰੇ ਪਿਓ ਨੇ ਸਾਈਨ ਕੀਤੀ ਹੈ ਤੂੰ ਮੇਰਾ ਨਹੀਂ ਤੇ ਮੇਰੀਆਂ ਮੁੱਛਾਂ ਹੈ ਨਹੀਂ ਤੇਰੇ ਪਿਓ ਦਾ ਪਤਾ ਨਹੀਂ ਲੱਗਾ ਆ ਓਏ ਇਹ ਪਤਾ ਲੱਗਣਾ ਵੀ ਨਹੀਂ ਜਿੰਨਾ ਤੂੰ ਭੱਜ ਦੌੜ ਪਾਈ ਨਾ
ਮੈਨੂੰ ਇਹ ਦੱਸ ਪਤਾ ਲੱਗਣਾ ਮੈਨੂੰ ਇਹ ਦੱਸ ਮੈਨੂੰ ਹਾਂ ਕੋਈ ਗੱਲ ਕਿੰਨਾ ਪਾਂਸ਼ਾਂ ਤੁਹਾਡੇ ਕਿੰਨਾ ਬਿਹਤਰੀਨ ਦਾ ਕੰਮ ਬਿਹਤਰੀਨ ਪਾਂਸ਼ਾ ਵੇ ਜਨਾਬ ਅੱਛਾ ਨਜਮਾ ਹੈਗੀ ਨਜਮਾ ਹੈਗੀ ਆ ਤੇਜ ਅੱਜ ਮੇਰਾ ਬਹੁਤ ਦਿਲ ਕਰਨ ਦਿਆ ਮੇਰੇ ਦੋਸਤ ਉਹ ਨਜਮਾ ਪੱਤੀ ਹੁੰਦਾ ਈ ਉਹ ਕਿਸੇ ਕਪੱਤੀ ਮਾਰਿਆ ਇਹੀ ਮੈਂ ਤੈਨੂੰ ਦੱਸਣ ਦਿਆ ਵੀ ਨਜਮਾ ਪਾਨ ਖਾਨ ਨੂੰ ਬਹੁਤ ਦਿਲ ਕਰ ਰਿਹਾ ਤੈਨੂੰ ਤੇਰੇ ਹੱਥ ਗੁਰੂ 300 ਨਾ ਫਰਾਂ ਤੇਰਾ ਮੂੰਹ ਭਰਾ ਨਹੀਂ ਏਡਾ ਡਰੂ ਗੁਰੂ ਹੈਗਾ ਗੁਰੂ ਹੈਗਾ ਉਹਨੂੰ ਕੱਢ ਦੇ ਤੇਰੀ ਭੈਣ ਨੂੰ ਛੇੜ ਦੇ ਤੂੰ ਹੋਰ ਪੱਤੀ ਰੱਖ ਲਾ ਗੁਰੂ ਦਾ ਰੱਖ ਉਹ ਕੱਢ ਤਾਂ ਮਰਕਾ ਦਾ ਮੁੰਡਾ ਛੇੜਨ ਦਿਆ ਅੱਛਾ ਹੁਣ ਰੁਪਈਏ 30 ਲੈ ਤੇ ਮੈਨੂੰ ਪਾਣ ਦੇ ਨਹੀਂ ਪਹਿਲੇ ਮੈਨੂੰ ਪਾਣ ਦੇ ਦੁਕਾਨ ਤੇਰੀ ਆ ਕਿ ਤੇਰੀ ਆ ਇਸੇ ਤੇ ਮੈਂ ਕਹਿੰਦਾ ਚਾਹ ਦਾ ਸੁਣਾ ਸ਼ੁਕਰ ਅੱਲਾ ਦਾ ਜਿੱਦਾਂ ਦੀ ਆਈਡੀ ਉੱਤੇ ਹੀ ਬੰਦ ਕਰਕੇ ਚੱਲ ਜੀ ਦੀ ਦੁਕਾਨ ਦੁੱਧ ਕੈਸਾ ਵਾ ਸਹੀ ਆ ਦੁੱਧ ਵੈਰੀ ਗੁੱਡ ਦੁੱਧ ਭਾਈ ਦੁੱਧ ਕਿਹੜਾ ਗਾਂ ਦਾ ਜਾਂ ਮਾਂ ਦਾ ਚੱਲ ਬੁੱਝ ਲਈ ਉਹਨੂੰ ਲੈ ਜੀ ਨਹੀਂ ਸਵਾਲ ਕਿਹਨਾਂ ਤੇਰੀ ਦਾ ਉਹ ਵੀ ਇੰਨੀ ਦੇ ਭਾਈ ਗੁੱਡ ਅੱਛਾ ਕੀ ਆ ਇਹ ਦੁੱਧ ਤੇ ਵੈਰੀ ਮਾਂ ਦਾ ਚਾਹ ਲੇਕਿਨ ਚਾਹ ਚ ਗਾਂ ਕੋਈ ਅੱਛਾ ਓਏ ਦੁੱਧ ਮਾਮਾ ਹੀ ਦਿਆ ਜਿਹੜਾ ਘਰੋਂ ਧਲਿਆਣਾ ਮਾਂ ਨੂੰ ਪੁੱਛ ਕੇ ਲਿਆਉਣਾ ਨਹੀਂ ਉਹ ਦੁੱਧ ਕਹਿ ਰਿਹਾ ਓ ਭਾਈ ਦੁੱਧ ਕਿੱਥੋਂ ਡੇਰੇ ਵਾਲੇ ਜਿਹੜੇ ਦੁੱਧ ਬੜਾ ਮਹਿੰਗਾ ਦੇ ਰਹੇ ਆ ਅੱਛਾ ਅਗਲੇ ਕਹਿੰਦੇ ਨਗਦ ਦੁੱਧ ਲੈਣਾ ਤਾਂ ਠੀਕ ਆ ਇੱਥੇ ਲੋਕ ਚਾਹਾਂ ਧਾਰ ਪੀਂਦੇ ਆ ਸਿਰ ਪੈਸੇ 10000 ਰੁਪਿਆ ਚੜ ਗਿਆ ਉਸਤਾਦ ਤੇ ਮੂੰਹ ਲਗਾਉਂਦਾ ਫਿਰਦਾ ਲੋਕਾਂ ਨੂੰ ਉਹ ਕਿਉਂ ਮੂੰਹ ਕਿਉਂ ਲਗਾਉਂਦਾ ਉਹ ਪੈਸੇ ਦੇ ਉਹ ਕਿਸੇ ਹੋਰ ਓਏ ਅੱਗੇ ਛੰਡਿਆ ਤੇ ਉਤੋਂ ਠੰਡੇ ਭਾਂਡੇ ਖੜਕਾ ਦਿੱਤੇ ਕਦੀ ਤੇ ਮੈਂ ਹੱਥ ਨਹੀਂ ਪਾਉਂਦੇ ਬਾਕੀ ਬਹੁਤ ਠਰੇ ਪਏ ਤੇਰੇ ਕਦੇ ਦੇ ਵਿੱਚ ਗੱਲ ਪਤਾ ਕੀ ਆ ਕੀ ਆ ਚਾਹ ਜਦੋਂ ਸੱਟਾ ਨਹੀਂ ਕਰਾਂਗੇ ਉਹ ਵੀ ਮਜ਼ੇ ਆਉਂਗੇ ਚਾਹ ਛੇ ਰੁਪਏ ਦੀ ਉੱਠ ਸਾਲਿਆ ਮੌਕੇ ਆ ਸਾਨੂੰ ਅਸੀਂ ਬੈਠੇ ਉੱਠ ਉੱਠ ਸਾਲਿਆ ਲੱਗਦਾ ਦੁਕਾਨਾਂ ਦੇ ਸੈਂਟਰ 'ਚ ਕੁੱਤਾ ਬੰਨਿਆ ਉੱਠ ਤਾਂ ਤੂੰ ਇੱਧਰ ਆਇਆ ਸਾਲਿਆ ਤੇਰੀ ਸੰਗਲੀ ਇੱਥੋਂ ਤੱਕ ਹੀ ਲੈ ਮੈਂ ਤਾਂ ਡੇਲ ਮੁੰਡਾ ਤੇ ਆਉਣਾ ਮੈਂ ਇੱਧਰ ਆ ਜਾਣਾ ਤੂੰ ਆ ਹਾਂ ਇੱਧਰ ਤੂੰ ਆ ਹਾਂ ਇੱਧਰ ਸਾਲਾ ਨਾਈ ਕੋਲੋਂ ਸ਼ੇਵ ਕਰਾ ਕੇ ਕਹਿੰਦਾ ਗੱਲਾਂ ਤੇ ਧਾਗਾ ਮਾਰਦੇ ਉਹਨੇ ਪੌਂਡਾ ਪੀਤਾ ਨਮਤ ਮਾਰਦੇ ਕੋਤੀ ਦੇ ਬੱਚੇ ਇਹਦੇ ਵੀ ਮਹੱਲਾ ਇਹਦੇ ਵੀ ਮਹੱਲਾ ਚ ਲੜਾਈ ਹੋ ਗਈ ਤੇ ਘਰ ਜਾ ਕੇ ਆਪਣੀ ਬੁੱਢੀ ਨੂੰ ਕਹਿੰਦਾ ਡੰਡੇ ਕਿੱਥੇ ਆ ਉਹ ਕੋ ਸਿੱਧੀ ਸੀਗੀ ਕਹਿੰਦੀ ਮੈਮਰੀ ਕਾਰਡ ਚ ਜੀਓ ਚਾਂਦੀ ਓਏ ਆਹੋ ਕਿਹਦਾ ਮੈਮਰੀ ਕਾਰਡ ਉਹ ਕਿਹੜੇ ਡੰਡਿਆਂ ਦਾ ਨਾਮ ਲੈਣੇ ਆ ਉਹ ਕੜੇ ਵਾਲੇ ਡੰਡੇ ਕੜੇ ਵਾਲੇ ਡੰਡੇ ਤੇ ਪਹਿਲੇ ਟਿਕੇਟੀਆਂ ਮਾਰ ਪਵੇ 9-9 ਮਹੀਨੇ ਸੋਈ ਨਹੀਂ ਜਾਂਦੀ ਇਹ ਸਾਰਾ ਪਹਿਲੇ ਟਿਕੇਟੀਆਂ ਕਰਦਾ ਸੀ ਇੱਕ ਬੰਦੇ ਦੀ ਕੱਲ ਬੜੀ ਤੇ ਪਸੋ ਰੱਖ ਕਹਿੰਦਾ ਕੱਢ ਦੇ ਜੋ ਕੁਛ ਹੈ ਬੰਦਾ ਸੀ ਫੈਸਲਾ ਬਾਦ ਦਾ ਆਲਾ ਕੱਢ ਕੇ ਬਹਿ ਗਿਆ ਤੂੰ ਸੋ ਰਿਹਾ ਹੈ ਲਾਹੇ ਏਡਾ ਸਿੱਧਾ ਸੋ ਲੈ ਕੇ ਉੱਤੇ ਬਹਿ ਗਿਆ ਬਾਅਦ ਚ ਮੈਨੂੰ ਧੱਕਾ ਦੇ ਕੇ ਉਹ ਬਹਿ ਗਿਆ ਅਜੇ ਨਹੀਂ ਬੋਲਦਾ ਗੱਲ ਕਰਕੇ ਨਾ ਤੇ ਪਰੇ ਨੂੰ ਮੂੰਹ ਕਰ ਲੈਂਦਾ ਸਾਡੇ ਤਾਂ ਮੰਗਿਆ ਖੁੱਲ ਕੇ ਮਰਾਸੀ ਬੰਦੇ ਨੂੰ ਰੋਕਣਾ ਕਿਸੇ ਇਹ ਵੀ ਨਵੀਆਂ ਨਵੀਆਂ ਚੋਰੀਆਂ ਕਰਨ ਲੱਗਾ ਪਹਿਲੀ ਰਾਤ ਸਮੁੰਦਰੀ ਰੋਡ ਤੇ ਖਲੋ ਗਿਆ ਪਿਸਤੌਲ ਲੈ ਕੇ ਤੇ ਸਾਲੇ ਨੇ 11 ਬਾਈ ਰੋਕ ਲਈ ਕਿਉਂ ਉਹਨਾਂ ਨੇ ਕਹਿੰਦਾ ਕਰ ਦੇ ਜੋ ਕੁਛ ਹੈਗਾ ਉਹਨੇ ਲਾਸ਼ ਕੱਢੀ ਮੋੜੇ ਤੇ ਰੱਖਤੀ ਕਹਿੰਦਾ ਮੇਰਾ ਭੜਵਈਆ ਮਾਰਤਾ ਇਹ ਸਾਰਾ 11 ਬਾਈ ਤੇ ਫੋਨ ਕਰਕੇ ਕਹਿੰਦਾ ਮੇਰੀ ਬੁੱਢੀ ਦੀ ਅੱਗ ਬੁਝਾ ਦਿਓ ਉਹਨਾਂ ਨੇ ਅੱਧਾ ਘੰਟਾ ਲਾਇਆ ਜਾਣ ਲੱਗਿਆ ਫਿਰ ਕਹਿੰਦੇ ਇਹ ਨਹੀਂ ਪੁੱਛਣੀ ਹੈ ਦੋ ਸਸਤੀ ਅੱਗ ਆ ਕਹਿੰਦਾ 11 ਬਾਈ ਸਾਡੀ ਆਪਣੀ ਮੈਂ ਤਾਂ ਘਰ ਗਿਆ ਵੀ 11 ਭੈਣਾਂ ਤੇ ਅੰਮੀ ਇਹਦੀ ਨੂੰ ਗਲੀ ਚ ਬਾਈ ਬਾਈ ਕਹਿ ਬਾਈ ਬਾਈ ਸਾਨੂੰ ਸ਼ਰਮ ਨਹੀਂ ਆਉਂਦੀ ਇਹ ਤਾਂ ਨਾ ਪਹਿਲਾਂ ਮਰੇ ਚ ਰੁਕੀ ਨਾ ਨਹੀਂ ਦੁਬਾਰਾ ਕਰਾ ਦਿੰਦਾ ਹੁੰਦਾ ਕਿੱਦਾਂ ਚਲੋ ਪਾਓ ਜੱਫੀਆਂ ਚਲੋ ਲਿਆ ਬੋਦਲਾ ਪਰ ਗਾਲ ਗੰਦੀ ਕੱਢੀ ਆ ਉਹਦਾ ਫਿਰ ਸ਼ੁਰੂ ਹੋ ਕੇ ਇਹਦਾ ਵੱਡਾ ਭਰਾ ਲੜਾਈ ਚ ਮਰਿਆ ਕਿਸੇ ਨੇ ਕੁਛ ਨਹੀਂ ਆਖਿਆ ਇੱਕ ਬੰਦੇ ਨੇ ਸਿਰਫ ਗਾਲ ਹੀ ਕੱਢੀ ਤੇ ਘਰੋਂ ਲੋਹੇ ਦੀ ਸਬਲ ਚੱਕ ਲਿਆ ਗਲੀ ਚ ਕਹਿੰਦਾ ਓਏ ਤੇ ਉੱਤੇ ਤਾਰਾਂ ਨੂੰ ਲੱਗ ਗਈ ਸਾਲਾ ਫੁੜ ਕੇ ਨੇ ਆ ਸਾਲਾ ਪੰਜ ਨਾਨ ਖਾ ਕੇ ਤੇ ਬਾਥਰੂਮ ਚ ਬਹਿ ਗਿਆ ਉੱਥੇ ਕਹਿ ਰਿਹਾ ਯਾ ਲਾ ਯਾ ਨਾਨ ਕੱਢ ਲੈ ਯਾ ਜਾਨ ਕੱਢ ਲੈ ਐਵੇਂ ਗੱਲ ਕੀਤੀ ਪੀ ਲਿਆ ਬੱਚੇ ਆਪ ਨਾਸ਼ਤਾ ਲੈ ਕੇ ਜਾ ਕੇ ਬਾਥਰੂਮ ਵਾਲੇ ਨੂੰ ਨਾਸ਼ਤੇ ਵਾਲੇ ਨੂੰ ਜਾ ਕੇ ਦਬਾ ਦਿੱਤਾ ਸੁਭਾ ਸੁਭਾ ਉਹਨੂੰ ਕਹਿੰਦਾ ਇੱਕ ਪਾਵਾ ਪਾ ਦੇ ਇੱਕ ਨਾਨ ਦੇ ਦੇ ਕਹਿੰਦਾ ਜਿਹੜਾ ਰਾਤੀ ਪਾਇਆ ਟੁੱਟ ਗਿਆ ਨਵੀਂ ਤੇਰੇ ਸਿਰ ਦੀ ਸੁਣ ਭਾਜੀ ਤੁਸੀਂ ਕਰਦੇ ਨਹੀਂ ਉਹ ਤੁਹਾਨੂੰ ਮੈਨੂੰ ਆਦਤ ਆ ਗੰਦੀ ਆਦਤ ਆ ਮੈਨੂੰ ਹੋਰ ਸੁਣਾ ਸ਼ੁਕਰ ਅੱਲਾ ਦਾ ਤੂੰ ਸੁਣਾ ਇਹਦੀਆਂ ਦੋ ਭੈਣਾਂ ਸੀ ਇਹਨੇ ਇੱਕ ਜ਼ਿਮੀਂਦਾਰਾਂ ਨਾਲ ਵਿਆਹ ਦੀ ਇੱਕ ਕਮਿਆਰਾਂ ਨਾਲ ਵਿਆਹ ਦੀ ਫੇ 6 ਮਹੀਨੇ ਬਾਅਦ ਇਹਦੀ ਮਾਂ ਕਹਿੰਦੀ ਜਾ ਭੈਣਾਂ ਦਾ ਪਤਾ ਤੇ ਕਰ ਗਿਆ ਅੱਛਾ ਤੇ ਪਹਿਲੋਂ ਗਿਆ ਕਮਿਆਰਾਂ ਨਾਲ ਅੱਛਾ ਉਹਨੂੰ ਕਹਿੰਦਾ ਬਾਜੀ ਕਿੱਦਾਂ ਕਹਿੰਦੀ ਕਿੱਦਾਂ ਕੀ ਆ ਤੇਰੇ ਭਲਵਈਏ ਨੇ 5 ਲੱਖ ਧਾਰਾ ਚੁੱਕ ਕੇ ਮਿੱਟੀ ਸਟਾਈ ਤੇ ਬਰਤਨ ਬਣਾ ਲਏ ਦੁਆ ਕਰ ਤੂੰ ਮੇਰੇ ਪੁੱਤ ਧੁੱਪ ਨਿਕਲ ਆਵੇ ਕਹਿੰਦਾ ਠੀਕ ਆ ਬਾਜੀ ਜ਼ਿਮੀਂਦਾਰਾਂ ਨਾਲ ਗਿਆ ਕਹਿੰਦਾ ਬਾਜੀ ਕਿੱਦਾਂ ਕਹਿੰਦੀ ਕੀ ਦੱਸਾਂ ਤੇਰੇ ਭਲਵਈਏ ਨੇ ਵੀ 10 ਲੱਖ ਲਿਆ ਕੇ ਝੋਨਾ ਬੀਜਿਆ ਦੁਆ ਕਰ ਸਵੇਰੇ ਮੀਂਹ ਪੈ ਜਾਵੇ ਇੱਕ ਨੇ ਧੁੱਪ ਦਾ ਕਹਿਤਾ ਇੱਕ ਨੇ ਮੀਂਹ ਦਾ ਕਹਿਤਾ ਤੇ ਦੋਨਾਂ ਨੂੰ ਪੁੱਛ ਕੇ ਘਰ ਆ ਗਏ ਇਹਦੀ ਮਾਂ ਕਹਿੰਦੀ ਕਿੱਦਾਂ ਕਹਿੰਦਾ ਸਵੇਰੇ ਇੱਕ ਦੀ ਭੈਣ ਡੁੱਬ ਜਾਣੀ ਜਾਂ ਧੁੱਪ ਨਿਕਲਿਆ ਉਹਨੇ ਜਾਂ ਮੀਂਹ ਪੈ ਜਾਣਾ ਉਹ ਖੁੱਲ ਗਿਆ ਯਾਰ ਇੰਨੀ ਮਹਿੰਗਾਈ ਨਹੀਂ ਅੱਛਾ ਅਮਾ ਨਹੀਂ ਜਾਣ ਤੁਸੀਂ ਕਹਿੰਦਾ ਇਹਦੀ ਵੀ ਭੈਣ ਦਾ ਵਿਆਹ ਤੇ ਪਰੇਸ਼ਾਨ ਖਲੋਤਾ ਮੈਂ ਕਿਹਾ ਖੈਰ ਹੈ ਕਹਿੰਦਾ ਯਾਰ ਭਣਵਈਆ ਪਠਾਨ ਨਿਕਲ ਆ ਹੁਣ ਸੋਚਦਾ ਭੈਣ ਨੂੰ ਟੋਰਾਂਗੇ ਆਪ ਜਾਵਾਂ ਆਪ ਇਹਦੀ ਭੈਣ ਕਹਿੰਦੇ ਆਪ ਚਲਾ ਗਿਆ ਪਠਾਨ ਇਹਨੂੰ ਕਹਿੰਦਾ ਕੰਮ ਕਰ ਕਹਿੰਦਾ ਨਹੀਂ ਕੰਮ ਮੋਟਾ ਹੈ
वो कहना मोचा नहीं है खुशी से फूला है। पठाना का नाम लेना क्यों? ये बड़े सीधे होंगे। अच्छा ये पठान मैनू मिलन आया तो बुड़बड़ी चो खून निकल दिया। मैं क्या खान साहब किसी ना लड़ाई हुआ? कहना नहीं हमारा किसी के साथ कोई लड़ाई नहीं। हाँ। जिस गाड़ी में बैठा ना सीट के साथ किल खुपता रहा। मैं क्या सीट बदल लेनी सी? कहना किसके साथ बदलता? पूरा बस तो खाली था। उथे मोरी करा रहा उठा नहीं। सची मुची पठान होंगे भोले ही दो पठान दोनों ने आपस की शक्ल आ ली। एक पठान दूसरे पठान कहता कोचा अगर तुम ये बताओ कि इस टोकरी में अंडे कितने हैं वो 12 के 12 तुम्हारे। अगर तुम ये बताओ ये किस जानवर का है वो मुर्गी भी तुम्हारा। दूसरा पठान 10 मिनट सोचने तो बाद कहना कोचा कोई इशारा तो दो। सारा कोई पूछ के ऐसे आ रही है मेरे साथ ही बुढ़ी